ਚੈਲੇਂਜ ਨਹੀਂ ਤੁਹਾਡੇ ਵਾਸਤੇ? ਸੋਮ ਪ੍ਰਕਾਸ਼ ਹੁਰੀ ਇੱਕ ਵੱਡਾ ਨਾਮ ਭਾਜਪਾ ਦਾ, ਉਹਨਾਂ ਦੇ ਧਰਮ ਪਤਨੀ ਔਰ ਕੇਂਦਰ ਦੇ ਵਿੱਚ ਸੱਤਾ ਔਰ ਸੱਤਾ ਦੇ ਵਿੱਚ ਰਹਿੰਦਿਆਂ ਹਲਕੇ ਦੇ ਵਾਸਤੇ ਕੰਮ ਕਰਾਉਣੇ, ਯਾਨੀ ਇਉਂ ਨਹੀਂ ਲੱਗਦਾ ਕਿ ਇੱਕ ਹਰਡਲ ਤਾਂ ਹੈ ਵੱਡੀ ਤੁਹਾਡੇ ਸਾਹਮਣੇ? ਮੰਤਰੀ ਸਾਹਿਬ ਕਹਿੰਦੇ ਆ ਵੀ ਜਿਹੜੀ ਇੰਡਸਟਰੀ ਆ ਉਹ ਹਿਮਾਚਲ ਪ੍ਰਦੇਸ਼ 'ਚ ਆ ਰਹੀ ਜਾਂ ਜੰਮੂ ਕਸ਼ਮੀਰ ਜਾ ਰਹੀ ਜਾਂ ਹਿੱਲੀ ਏਰੀਆ ਦੇ ਵਿੱਚ ਜਾ ਰਹੀ, ਅਤੇ ਮੈਂ ਮੰਤਰੀ ਸਾਹਿਬ ਨੂੰ ਜਾਂ ਲੋਕ ਇਹ ਪੁੱਛਣਾ ਚਾਹੁੰਦੇ ਆ ਵੀ ਜੇ ਉੱਥੇ ਜਾ ਰਹੀ ਹੈ ਤਾਂ ਫਿਰ ਆਪਾਂ ਕੀ ਕਰਦੇ ਸੀ? ਕੇਂਦਰੀ ਮੰਤਰੀ ਦੱਸ ਦੇਣ ਵੀ ਕੋਈ ਇੰਡਸਟਰੀ ਲਿਆਉਣ ਦੇ ਵਿੱਚ ਇੱਥੇ ਕਾਮਯਾਬ ਹੋਇਆ। ਸੋ ਲੋਕ ਮਾਯੂਸ ਨੇ ਨਾ ਆਪਣੇ ਡਿਪਾਰਟ, ਜਿਹੜਾ ਬੰਦਾ ਆਪਣੇ ਡਿਪਾਰਟਮੈਂਟ ਦਾ ਨਹੀਂ ਕੰਮ ਕਰ ਸਕਦਾ। ਮੈਡੀਕਲ ਕਾਲਜ ਦੇ ਲਈ ਤੁਹਾਡੀ ਸਰਕਾਰ ਨੇ ਵੀ ਉਦਘਾਟਨ ਹੀ ਕੀਤਾ ਔਰ ਲੋਕ ਕਹਿੰਦੇ ਨੇ ਕਿ ਸ਼ੁਰੂਆਤ ਤਾਂ ਹੋਈ, ਜਦ ਤੱਕ 60% ਸ਼ੇਅਰ ਉੱਥੋਂ ਆਏਗਾ ਨਹੀਂ ਅਤੇ ਤਦ ਤੱਕ ਤਾਂ ਕੋਈ ਚੀਜ਼ ਸ਼ੁਰੂ ਨਹੀਂ ਹੋ ਸਕਦੀ। ਸੋ ਇਸ ਕਰਕੇ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੀ ਜਿਹੜੀ ਹੈ ਬੜੀ ਜਿਹੜਾ ਪੱਖਪਾਤ ਦਾ ਰਵੱਈਆ ਜਿਹੜਾ ਹੁਸ਼ਿਆਰਪੁਰ ਲੋਕ ਸਭਾ ਲਈ ਰਿਹਾ। 60% ਵਾਸਤੇ ਐਫਰਟ ਪਤਾ ਤੁਹਾਨੂੰ ਕੀ ਹੋਏ ਨੇ ਹੁਣ ਤੱਕ ਕਿ ਮੈਡੀਕਲ ਕਾਲਜ ਸ਼ੁਰੂ ਹੋਵੇ? ਡਾਕਟਰ ਚੱਬੇਵਾਲ ਵਾਸਤੇ ਸੀਟ ਜਿੱਤਣੀ ਬਹੁਤ ਜ਼ਿਆਦਾ ਲਾਜ਼ਮੀ ਹੈ, ਜੇਕਰ ਇਹ ਸੀਟ ਲੂਜ਼ ਹੁੰਦੀ ਹੈ ਤਾਂ ਡਾਕਟਰ ਚੱਬੇਵਾਲ ਦਾ ਜਿਹੜਾ ਸਿਆਸੀ ਕੈਰੀਅਰ ਹੈ ਉਹਨੂੰ ਇੱਕ ਵੱਡਾ ਖਤਰਾ ਪੈਦਾ ਹੋ। ਸੋ ਮੈਂ ਉਹ ਇਹ ਨਹੀਂ ਸਮਝਦਾ ਕੌਣ ਆਇਆ ਜਾਂ ਕੌਣ ਗਿਆ, ਮੈਂ ਤਾਂ ਇਹ ਸਮਝਦਾ ਕਿ ਲੜਾਈ ਹੈ, ਇਸ ਲੜਾਈ ਨੂੰ ਸੀਰੀਅਸਲੀ ਆਪਾਂ ਲੜਾਈ ਦੀ ਤਰ੍ਹਾਂ ਲੜ ਰਹੇ ਹਾਂ। ਔਰ ਜਿਸ ਤੱਕ ਵਕਾਰ ਦੀ ਗੱਲ ਹੈ, ਦੇਖੋ ਜਦੋਂ ਵੀ ਅਸੀਂ ਲੜਦੇ ਹਾਂ ਤਾਂ ਅਸੀਂ ਸਾਡੀਆਂ ਆਲ ਆਊਟ ਐਫਰਟਸ ਨੂੰ ਚੁਣ ਕੇ ਭੇਜਿਆ ਚੱਬੇਵਾਲ ਦੇ ਲੋਕਾਂ ਨੇ, ਤੁਸੀਂ ਉਹ ਤੋਂ ਰਿਜ਼ਾਈਨ ਕਰਕੇ ਆਮ ਆਦਮੀ ਪਾਰਟੀ ਦੇ ਵਿੱਚ ਆਏ, ਸੰਵਿਧਾਨਕ ਅਹੁਦਾ ਛੱਡ ਕੇ? ਮੈਂ ਤਾਂ ਚੱਬੇਵਾਲ ਤੋਂ ਹਟ ਕੇ ਹੁਸ਼ਿਆਰਪੁਰ ਦੇ ਸਾਰੇ ਲੋਕ ਸਭਾ ਹਲਕੇ ਦਾ ਕੰਮ ਕਰਨਾ ਅਤੇ ਤੁਹਾਨੂੰ ਰਿਸਕ ਤਾਂ ਲੈਣੇ ਪੈਣ। ਲੋਕ ਇਹ ਮੰਨਦੇ ਆ ਕਿ ਨਿੱਜ ਦੇਖਿਆ ਜਾਂਦਾ ਲੀਡਰਾਂ ਦੇ ਵੱਲੋਂ ਕਿ ਮੇਰਾ ਭਲਾ ਕਿੱਥੇ ਹੋ ਰਿਹਾ, ਲੋਕਾਂ ਦਾ ਭਲਾ ਆਪਾਂ ਬਾਅਦ 'ਚੋਂ ਸੋਚਦੇ ਹਾਂ, ਮੇਰਾ ਭਲਾ ਕਿੱਥੇ ਹੋ ਰਿਹਾ, ਵੱਡੇ ਵੱਡੇ ਲੀਡਰਾਂ ਦਾ ਛੱਡ ਕੇ ਜਾਣਾ, ਉਹ ਵੀ ਉਸ ਮੌਕੇ 'ਤੇ ਜਦੋਂ ਇੱਕ ਵੱਡੀ ਲੋੜ ਹੈ ਕਾਂਗਰਸ ਨੂੰ। ਪੁੱਛ ਗਿੱਛ ਨਾ ਹੋਣਾ ਤੁਹਾਡੀ ਮਿਹਨਤ ਦੇ ਬਾਵਜੂਦ, ਸਪੇਸ ਖੋਈ ਜਾਂਦੀ ਹੈ ਜਾਂ ਸਪੇਸ ਦਿੱਤੀ ਨਹੀਂ ਜਾਂਦੀ? ਦਿੱਤੀ ਨਹੀਂ ਜਾਂਦੀ, ਫੈਕਟਰਸ ਇਸ ਤਰ੍ਹਾਂ ਦੇ ਬਹੁਤ ਸਾਰੇ ਫੈਕਟਰਸ। ਤੁਹਾਡੇ ਵੱਲੋਂ ਚੋਣ ਮਨੋਰਥ ਹੈ, ਮਨੋਰਥ ਪੱਤਰ ਹੈ ਜਿਹੜਾ ਲੋਕਾਂ ਕੋਲੇ ਵੱਖਰਾ ਦਿੱਤਾ ਗਿਆ ਕਿ ਦੇਸ਼ ਦੇ ਵਿੱਚ ਮੁਫਤ ਬਿਜਲੀ ਦੇਵਾਂਗੇ, ਦੇਸ਼ ਦੇ ਵਿੱਚ ਆਹ ਆਹ ਚੀਜ਼ਾਂ ਹੋਣਗੀਆਂ, ਤੁਹਾਡੀ ਪਾਰਟੀ ਨੇ ਅਜਿਹਾ ਕਿਉਂ ਕੀਤਾ? ਔਰ ਰਾਜਾ ਵੜਿੰਗ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਇਸੇ ਕਰਕੇ ਹੀ ਪਿੱਛੇ ਜਾ ਰਹੀ ਹੈ ਕਿ ਉਹ ਬਹੁਤ ਜ਼ਿਆਦਾ ਕਾਹਲੀ ਕਰ ਜਾਂਦੇ। ਜਿੱਥੇ ਬੀਜੇਪੀ ਕਮਜ਼ੋਰ ਹੈ, ਜਿੱਥੇ ਬਹੁਤ ਕਮਜ਼ੋਰ ਹੈ ਪੰਜਾਬ 'ਚ ਤਾਂ ਬੀਜੇਪੀ ਕਮਜ਼ੋਰ, ਉੱਥੇ ਲੜਾਈ ਅਲੱਗ ਅਲੱਗ ਲੜਾਂਗੇ, ਅਲੱਗ ਅਲੱਗ ਮੈਨੀਫੈਸਟੋ ਹੋਏਗਾ ਸਾਡਾ, ਸੈਪਰੇਟ ਜਿਹੜੀ ਇੱਕ ਦੂਜੇ ਨਾਲ ਲੜਾਈ ਹੋਏਗੀ ਲੜਾਂਗੇ। ਜਿੱਥੇ ਬੀਜੇਪੀ ਮਜ਼ਬੂਤ ਹੈ ਉੱਥੇ ਅਸੀਂ ਲੜਾਈ ਇਕੱਠੇ ਹੋ ਕੇ ਲੜਾਂਗੇ। ਕੰਮ ਕੀ ਹੋਏ ਨੇ, ਕੀ ਤੁਸੀਂ ਇਸ ਨੂੰ ਟੂਰਿਜ਼ਮ ਹੱਬ ਬਣਾਉਣ ਦੇ ਵਾਸਤੇ ਕੁਝ ਕਰੋਗੇ ਜਾਂ ਲੋਕਾਂ ਦੇ ਵਾਸਤੇ ਇੰਡਸਟਰੀ ਨੂੰ ਲੈ ਕੇ? ਸੋ ਸਿਹਤ ਸੇਵਾਵਾਂ ਨੂੰ ਉੱਚ ਪੱਧਰੀ ਲੈਵਲ 'ਤੇ ਲੈ ਕੇ ਜਾਣਾ ਉਹ ਮੇਰਾ ਮਿਸ਼ਨ ਹੋਏਗਾ। ਇੰਡਸਟਰੀਅਲ ਪੈਕੇਜ ਹਿਮਾਚਲ ਪ੍ਰਦੇਸ਼ ਦੀ ਤਰਜ਼ 'ਤੇ, ਹਿੱਲੀ ਏਰੀਆ ਜੀ ਪਹਾੜੀ ਇਲਾਕਿਆਂ ਦੀ ਤਰਜ਼ 'ਤੇ ਲੈ ਕੇ ਆਉਣਾ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਇੰਡਸਟਰੀ ਇੱਥੇ ਆਵੇ, ਉਸ ਦੇ ਵਿੱਚ ਟੂਰਿਜ਼ਮ ਇੰਡਸਟਰੀ ਵੀ ਉਹਦੇ ਵਿੱਚ ਇਨਕਲੂਡਡ ਹੈ। ਇਹ ਸੁਣਨ ਦੇ ਵਿੱਚ ਲੋਕਾਂ ਨੂੰ ਬਹੁਤ ਚੰਗੀਆਂ ਲੱਗਦੀਆਂ, ਪਰ ਲੋਕ ਮਗਰੋਂ ਕਹਿ ਦਿੰਦੇ ਆ ਕਿ ਨਹੀਂ ਜੀ ਇਹ ਤਾਂ ਗੱਲਾਂ ਕਹੀਆਂ ਜਾਂਦੀਆਂ ਨੇ ਪਰ ਹੁੰਦੀਆਂ ਨਹੀਂ। ਮੈਂ ਜੇ ਆਪਣੇ ਟਰੈਕ ਦੀ ਗੱਲ ਕਰਾਂ, ਮੈਂ ਚੱਬੇਵਾਲ ਦੇ ਵਿੱਚ ਜੋ ਕਿਹਾ ਉਹ ਮੈਂ ਕੀਤਾ। ਮੁੱਖ ਮੰਤਰੀ ਸਾਹਿਬ ਇੱਕ ਪਾਸਵਰਡ ਦਿੰਦੇ ਹੁੰਦੇ ਆ, ਮਿਲ ਗਿਆ ਕਿ ਹਾਲੇ ਮਿਲਣਾ? ਮੁੱਖ ਮੰਤਰੀ ਸਾਹਿਬ ਦੇ ਜਿਹੜੇ ਆਪਣੇ ਐਕਸ਼ਨਸ ਨੇ, ਜੋ ਕੰਮ ਕਰਨ ਦਾ ਤਰੀਕਾ ਹੈ, ਜੋ ਉਹਨਾਂ ਦੀ ਮਿਹਨਤ ਹੈ, ਜੋ ਬੋਲਣ ਦਾ ਤਰੀਕਾ ਹੈ, ਉਹ ਆਪਣੇ ਆਪ 'ਚ ਪਾਸਵਰਡ। ਸਤਿ ਸ਼੍ਰੀ ਅਕਾਲ, ਅਨਮਿਊਟ ਦੇਖ ਰਹੇ ਹੋ ਤੁਸੀਂ ਅਤੇ ਮੈਂ ਰਵੀ ਸੰਗਰਾਹੁਰ। ਨੇਤਾ ਜੀ ਦਿਓ ਜਵਾਬ ਦਾ ਸਾਡਾ ਇਹ ਕਾਰਵਾਂ
ਹੁਸ਼ਿਆਰਪੁਰ ਦੇ ਵਿੱਚ ਪਹੁੰਚ ਗਿਆ ਔਰ ਹੁਸ਼ਿਆਰਪੁਰ ਦੇ ਵਿੱਚ ਉਸ ਵੇਲੇ ਹੁਸ਼ਿਆਰਪੁਰ ਵੱਡਾ ਖਬਰਾਂ ਦਾ ਇੱਕ ਮੁਜੱਸਮਾ ਬਣ ਜਾਂਦਾ ਉਸ ਵੇਲੇ ਜਦੋਂ ਡਾਕਟਰ ਰਾਜਕੁਮਾਰ ਚੱਬੇਵਾਲ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਜਾਂਦੇ ਆ ਔਰ ਉਸੇ ਵੇਲੇ ਹੀ ਕਿਆਸਰਾਈਆਂ ਸ਼ੁਰੂ ਹੋ ਗਈਆਂ ਸੀ ਕਿ ਟਿਕਟ ਤਾਂ ਮਿਲੂਗੀ ਟਿਕਟ ਮਿਲੀ ਵੀ ਉਸ ਤੋਂ ਬਾਅਦ ਜਿਹੜੀ ਇੱਥੋਂ ਦੀ ਖਾਸ ਤੌਰ 'ਤੇ ਲੋਕ ਸਭਾ ਦੇ ਲਈ ਲੜਾਈ ਸੀ ਉਹ ਹੋਰ ਜ਼ਿਆਦਾ ਦਿਲਚਸਪ ਹੋ ਜਾਂਦੀ ਹੈ ਕਿਉਂਕਿ ਕਾਂਗਰਸ ਦੇ ਵੱਲੋਂ ਜੋ ਕੈਂਡੀਡੇਟ ਇੱਥੋਂ ਫਾਈਟ ਕਰ ਰਿਹਾ ਉਹ ਪਹਿਲਾਂ ਆਮ ਆਦਮੀ ਪਾਰਟੀ ਦਾ ਵੀ ਹਿੱਸਾ ਰਿਹਾ ਇਸ ਤੋਂ ਬਿਨਾਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਹੋਰਾਂ ਦੇ ਧਰਮ ਪਤਨੀ ਇੱਥੋਂ ਬੀਜੇਪੀ ਤੋਂ ਫਾਈਟ ਕਰ ਰਹੇ ਨੇ ਔਰ ਜੇਕਰ ਰਾਜਕੁਮਾਰ ਚੱਬੇਵਾਲ ਹੋਰਾਂ ਦੀ ਗੱਲ ਕਰੀਏ ਤਾਂ ਉਹਨਾਂ ਵਾਸਤੇ ਇਹ ਸੀਟ ਵਕਾਰੀ ਵੀ ਮੰਨੀ ਜਾ ਸਕਦੀ ਹੈ ਕਿਉਂਕਿ ਕਾਂਗਰਸ ਦੇ ਵਿੱਚ ਉਹ ਵਿਧਾਇਕ ਚੁਣੇ ਜਾਂਦੇ ਆ ਆਪਣਾ ਸੰਵਿਧਾਨਕ ਅਹੁਦਾ ਛੱਡ ਕੇ ਆਮ ਆਦਮੀ ਪਾਰਟੀ ਦਾ ਹਿੱਸਾ ਬਣੇ ਔਰ ਲੋਕ ਸਭਾ ਲਈ ਇੱਥੋਂ ਫਾਈਟ ਕਰ ਰਹੇ ਆ ਮੇਰੇ ਨਾਲ ਨੇ ਡਾਕਟਰ ਰਾਜਕੁਮਾਰ ਚੱਬੇਵਾਲ ਚੱਬੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਥੈਂਕ ਯੂ ਜੀ ਠੀਕ ਹੋ ਸਿਹਤ ਬਿਲਕੁਲ ਥੋੜ੍ਹਾ ਗਲਾ ਖਰਾਬ ਹੈ ਬਾਕੀ ਠੀਕ ਹੈ ਜ਼ਿਆਦਾ ਬੋਲਣ ਨਾਲ ਕਿ ਠੰਡਾ ਤੱਤਾ ਠੰਡਾ ਤੱਤੇ ਨਾਲ ਲੱਗਦਾ ਹੋਇਆ ਅੱਛਾ ਮੌਸਮ ਦੇ ਵਿੱਚ ਇਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਹੋਇਆ ਤੁਹਾਨੂੰ ਤਾਂ ਖਾਸ ਕਰਕੇ ਜਿਹੜਾ ਕਲਾਕਾਰਾਂ ਵਾਲਾ ਹਿਸਾਬ ਹੁੰਦਾ ਵੀ ਜੇ ਇੱਥੇ ਖਿਆਲ ਰੱਖਿਆ ਜਾਂਦਾ ਜਦੋਂ ਹਾਂ ਬਿਲਕੁਲ ਕਿਵੇਂ ਦੀ ਫਾਈਟ ਮੰਨ ਲਿਓ ਫਿਰ ਦੇਖੋ ਫਰਕ ਮਹਿਸੂਸ ਹੋ ਰਿਹਾ ਕਾਂਗਰਸ ਆਮ ਆਦਮੀ ਜਦੋਂ ਤੋਂ ਮੈਂ ਪ੍ਰਚਾਰ ਸ਼ੁਰੂ ਕੀਤਾ ਔਰ ਲੋਕਾਂ ਦਾ ਸੰਗਠਨ ਦਾ ਚੁਣੇ ਹੋਏ ਸਾਡੇ ਵਿਧਾਇਕਾਂ ਦਾ ਹਲਕਾ ਇੰਚਾਰਜਸ ਦਾ ਜਿਸ ਤਰ੍ਹਾਂ ਹੁੰਗਾਰਾ ਮਿਲਿਆ ਪਰਮਾ ਹੁੰਗਾਰਾ ਮਿਲਿਆ ਅਤੇ ਉਸ ਤੋਂ ਜਿਹੜੀ ਇਹ ਜੰਗ ਹੈ ਇਹ ਬਿਲਕੁਲ ਸੌਖੀ ਜਾਪਦੀ ਹੈ ਔਰ ਲੋਕ ਸਰਕਾਰ ਦੇ 2 ਸਾਲ ਦੇ ਕੰਮਾਂ ਤੋਂ ਬੇਹੱਦ ਖੁਸ਼ ਅਤੇ ਸੰਤੁਸ਼ਟ ਜਾਪਦੇ ਆ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਇਹ ਲੜਾਈ ਜਿਹੜੀ ਹੈ ਹੁਸ਼ਿਆਰਪੁਰ ਦੀ ਜਿਹੜੀ ਲੜਾਈ ਹੈ ਇਹ ਵਾਕਈ ਅੱਜ ਜਿਹੜੇ ਲੋਕ ਨੇ ਜਦ 10 ਸਾਲ ਬੀਜੇਪੀ ਦੀ ਸਰਕਾਰ ਵੀ ਰਹੀ ਹੈ ਔਰ ਇੱਥੋਂ ਦੇ ਐਮ ਪੀਜ ਵੀ ਰਹੇ ਆ ਉਹਨਾਂ ਦੀ ਜਿਹੜੀ ਪਰਫੋਰਮੈਂਸ ਹੈ ਜਾਂ ਉਹਨਾਂ ਨੇ ਜੋ ਜਿਸ ਤਰ੍ਹਾਂ ਦੇ ਨਾਲ ਪਰਫੋਰਮ ਕੀਤਾ ਲੋਕ ਸਭਾ ਦੇ ਵਿੱਚ ਜਾਂ ਹੁਸ਼ਿਆਰਪੁਰ ਲੋਕ ਸਭਾ ਦੇ ਵਿੱਚ ਜਿਸ ਤਰ੍ਹਾਂ ਕੰਮ ਨਹੀਂ ਹੋਏ ਉਸ ਤੋਂ ਮਾਯੂਸ ਵੀ ਨਜ਼ਰ ਆਉਂਦੇ ਨਹੀਂ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਔਰ ਸੋਮ ਪ੍ਰਕਾਸ਼ ਇੱਥੋਂ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਜਾਂਦੇ ਫਿਰ ਕੇਂਦਰੀ ਮੰਤਰੀ ਵੀ ਬਣਦੇ ਆ ਚੈਲੰਜ ਨਹੀਂ ਤੁਹਾਡੇ ਵਾਸਤੇ ਸੋਮ ਪ੍ਰਕਾਸ਼ ਹੋਰੀ ਇੱਕ ਵੱਡਾ ਨਾਮ ਭਾਜਪਾ ਦਾ ਉਹਨਾਂ ਦੇ ਧਰਮ ਪਤਨੀ ਔਰ ਕੇਂਦਰ ਦੇ ਵਿੱਚ ਸੱਤਾ ਔਰ ਸੱਤਾ ਦੇ ਵਿੱਚ ਰਹਿੰਦੇ ਆ ਹਲਕੇ ਦੇ ਵਾਸਤੇ ਕੰਮ ਕਰਾਉਣੇ ਜਾਣੀ ਇਉਂ ਨਹੀਂ ਲੱਗਦਾ ਕਿ ਇੱਕ ਹਰਡਲ ਤਾਂ ਹੈ ਵੱਡੀ ਤੁਹਾਡੇ ਸਾਹਮਣੇ ਦੇਖੋ ਮੈਂ ਇਹ ਸਮਝਦਾ ਕਿ ਮਿਨਿਸਟਰ ਆਫ MOS ਇੰਡਸਟਰੀ ਦੇ ਹੋਣ ਦੇ ਬਾਵਜੂਦ ਕਿਉਂਕਿ ਹੁਸ਼ਿਆਰਪੁਰ ਇੱਕ ਹੁਸ਼ਿਆਰਪੁਰ ਲੋਕ ਸਭਾ ਪੜ੍ਹਿਆ ਲਿਖਿਆ ਜ਼ਰੂਰ ਹੈ ਪਰ ਗਰੀਬੀ ਅਜੇ ਵੀ ਕਾਫੀ ਹੈ ਇੱਥੇ ਇੰਡਸਟਰੀ ਲੈ ਕੇ ਆਉਣੀ ਚਾਹੀਦੀ ਸੀ ਕਿਉਂਕਿ ਤੁਸੀਂ ਜਿਸ ਡਿਪਾਰਟਮੈਂਟ 'ਚ ਉਹ ਇਹਦਾ ਮਤਲਬ ਲੋਕ ਇਹ ਤਾਂ ਐਕਸਪੈਕਟ ਕਰਦੇ ਆ ਨਾ ਵੀ ਜਿਹੜਾ ਇੰਡਸਟਰੀ ਆ ਉਹਦੇ ਲਈ ਕੋਈ ਪੈਕੇਜ ਲੈ ਕੇ ਆਉਂਦਾ ਬਿਲਕੁਲ ਚਾਹੀਦਾ ਤਾਂ ਇਹ ਸੀ ਵੀ ਅੱਜ ਮੰਤਰੀ ਸਾਹਿਬ ਕਹਿੰਦੇ ਆ ਵੀ ਜਿਹੜੀ ਇੰਡਸਟਰੀ ਆ ਉਹ ਹਿਮਾਚਲ ਪ੍ਰਦੇਸ਼ 'ਚ ਜਾ ਰਹੀ ਜਾਂ ਜੰਮੂ ਕਸ਼ਮੀਰ ਜਾ ਰਹੀ ਜਾਂ ਹਿੱਲੀ ਏਰੀਆ ਦੇ ਵਿੱਚ ਜਾ ਰਹੀ ਅਤੇ ਮੈਂ ਮੰਤਰੀ ਸਾਹਿਬ ਨੂੰ ਜਾਂ ਲੋਕ ਇਹ ਪੁੱਛਣਾ ਚਾਹੁੰਦੇ ਆ ਵੀ ਜੇ ਉੱਥੇ ਜਾ ਰਹੀ ਹੈ ਤਾਂ ਫਿਰ ਆਪਾਂ ਕੀ ਕਰਦੇ ਸੀ 5 ਸਾਲ ਆਪਾਂ ਮੰਤਰੀ ਰਹੇ ਹਾਂ ਖਾਸ ਤੌਰ 'ਤੇ ਕੰਢੀ ਏਰੀਏ ਨੂੰ ਤੁਸੀਂ ਚੁਣ ਸਕਦੇ ਸੀ ਬਾਰਡਰ ਏਰੀਏ ਨੂੰ ਚੁਣ ਸਕਦੇ ਸੀ ਤਾਂ ਇੰਡਸਟਰੀਅਲ ਪੈਕੇਜ ਪਹਾੜੀ ਇਲਾਕਿਆਂ ਦੀ ਤਰਜ 'ਤੇ ਉਹ ਵੀ ਲੈ ਕੇ ਆਉਂਦਾ ਜਾ ਸਕਦਾ ਸੀ ਇੰਡਸਟਰੀਜ਼ ਨੂੰ ਟੈਕਸ ਰਿਲੀਫ ਦੇ ਕੇ ਉਹਨਾਂ ਨੂੰ ਇੱਥੇ ਇੰਡਸਟਰੀ ਮਤਲਬ ਲਿਆਂਦੀ ਜਾ ਸਕਦੀ ਸੀ ਪਰ ਅਫਸੋਸ ਕਿ ਕੋਈ ਵੀ 5 ਸਾਲ ਦੇ ਵਿੱਚ ਕੇਂਦਰੀ ਮੰਤਰੀ ਦੱਸ ਦੇਣ ਕਿ ਕੋਈ ਇੰਡਸਟਰੀ ਲਿਆਉਣ ਦੇ ਵਿੱਚ ਇੱਥੇ ਕਾਮਯਾਬ ਹੋਇਆ ਸੋ ਲੋਕ ਮਾਯੂਸ ਨੇ ਨਾ ਆਪਣੇ ਜਿਹੜਾ ਬੰਦਾ ਆਪਣੇ ਡਿਪਾਰਟਮੈਂਟ ਦਾ ਨਹੀਂ ਕੰਮ ਕਰ ਸਕਿਆ
ਮੈਡੀਕਲ ਕਾਲਜ ਵੀ ਰੌਲੇ ਪੈ ਰਹੇ, ਆ ਗਏ ਜੀ ਪੈਸੇ, ਚੱਲ ਗਿਆ ਜੀ, ਉਦਘਾਟਨ ਹੋ ਗਿਆ ਜੀ, ਨਹੀਂ ਹੋ ਗਿਆ ਜੀ, ਠੀਕ ਹੈ ਲੈ ਆਉਂਦਾ ਜੀ। ਗੱਲ ਇਹ ਵੀ ਹੋਇਆ ਕਿ ਤੁਸੀਂ ਕੁਛ ਸ਼ੁਰੂ ਕਰ ਪਾਏ, ਕੀ ਤੁਸੀਂ ਲੋਕਾਂ ਨੂੰ ਕੁਛ ਸਮਰਪਿਤ ਕਰ ਪਾਏ, ਉਹ 5 ਸਾਲ ਦੇ ਵਿੱਚ ਕੁਛ ਨਹੀਂ ਹੋਇਆ। 10 ਸਾਲ ਮੈਡੀਕਲ ਕਾਲਜ, 5 ਸਾਲ ਨਹੀਂ ਰਹਿੰਦੇ, 10 ਸਾਲ ਮੈਡੀਕਲ ਕਾਲਜ ਦੇ ਲਈ ਤੁਹਾਡੀ ਸਰਕਾਰ ਨੇ ਵੀ ਉਦਘਾਟਨ ਹੀ ਕੀਤਾ, ਔਰ ਲੋਕ ਕਹਿੰਦੇ ਨੇ ਕਿ ਸ਼ੁਰੂਆਤ ਤਾਂ ਹੋਈ ਨਹੀਂ। ਦੇਖੋ ਜਦੋਂ ਸਰਕਾਰ ਦੋ ਤੋਂ ਤਿੰਨ ਵਾਰ ਉਦਘਾਟਨ ਹੋ ਚੁੱਕੀ, ਜੁਆਇੰਟ ਪ੍ਰੋਜੈਕਟ ਦੀ ਗੱਲ ਆ, ਸਟੇਟਾਂ ਤੇ ਕੀ ਕਰ ਸਕਦੀਆਂ, ਉਦਘਾਟਨ ਨਹੀਂ ਕਰ ਸਕਦੀਆਂ, ਜਾਂ ਆਪਣਾ ਸ਼ੇਅਰ ਦੇ ਸਕਦੀਆਂ, ਸਟੇਟਸ ਨੇ ਆਪਣਾ ਸ਼ੇਅਰ ਦੇ ਦਿੱਤਾ। ਜਦੋਂ ਉਦਘਾਟਨ ਹੁੰਦਾ ਹੈ ਜ਼ਿੰਮੇਵਾਰੀ ਤਾਂ ਤੈਅ ਹੋ ਜਾਂਦੀ ਹੈ ਨਾ ਇੱਕ, ਠੀਕ, ਮੁੱਖ ਮੰਤਰੀ ਸਾਹਿਬ ਆਪ ਜਾ ਕੇ, ਜ਼ਿੰਮੇਵਾਰੀ ਤੈਅ ਹੋ, ਆਪ ਜਾ ਕੇ ਉਦਘਾਟਨ ਕਰ ਰਹੇ, ਜ਼ਿੰਮੇਵਾਰੀ ਤਾਂ ਬਣਦੀ ਹੈ, ਬਣ ਗਈ, ਉਹਨਾਂ ਨੇ ਸਟੇਟ ਸ਼ੇਅਰ ਦੇ ਦਿੱਤਾ। ਹੁਣ ਜਿਹੜਾ ਸੈਂਟਰ ਸ਼ੇਅਰ ਆ ਉਹ ਤਾਂ ਸੈਂਟਰ ਤੋਂ ਆਉਣਾ ਨਾ, ਜਦ ਤੱਕ 60% ਸ਼ੇਅਰ ਉੱਥੋਂ ਆਏਗਾ ਨਹੀਂ ਤੇ ਤਦ ਤੱਕ ਤਾਂ ਕੋਈ ਚੀਜ਼ ਸ਼ੁਰੂ ਨਹੀਂ ਹੋ ਸਕਦੀ। ਸੋ ਇਸ ਕਰਕੇ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੀ ਜਿਹੜੀ ਹੈ ਬੜੀ ਜਿਹੜਾ ਪੱਖਪਾਤ ਦਾ ਰਵੱਈਆ ਜਿਹੜਾ ਹੁਸ਼ਿਆਰਪੁਰ ਲੋਕ ਸਭਾ ਲਈ ਰਿਹਾ। ਸੋ ਇਸ ਕਰਕੇ ਲੋਕ ਫਿਰ ਦਿਖੇ ਵੀ ਨਹੀਂ, ਲੋਕਾਂ ਦੇ ਦੁੱਖ ਸੁੱਖ 'ਚ ਵੀ ਕਿਤੇ ਨਜ਼ਰ ਨਹੀਂ ਆਏ। ਸੋ ਲੋਕ ਤਾਂ ਬਹੁਤ ਮਾਯੂਸ ਨੇ, ਲੋਕ ਇਹ ਨਹੀਂ ਦੇਖਦੇ ਚਿਹਰਾ ਬਦਲਣ ਨਾਲ ਕੋਈ, ਇਹ ਨਹੀਂ ਵੀ ਕੋਈ ਸਮੀਕਰਨ ਬਦਲ ਜਾਣਗੇ, ਹਾਲਾਤ ਉਹੀ ਨੇ। ਸੋ ਲੋਕ ਮਾਯੂਸ ਨੇ। 60% ਵਾਸਤੇ ਐਫਰਟ ਪਤਾ ਤੁਹਾਨੂੰ ਕੀ ਹੋਏ ਨੇ ਹੁਣ ਤੱਕ ਕਿ ਮੈਡੀਕਲ ਕਾਲਜ ਸ਼ੁਰੂ ਹੋਵੇ, ਤੁਹਾਡੇ ਤੱਕ ਇਹਦੀ ਜਾਣਕਾਰੀ ਹੈ ਕਿ ਪੰਜਾਬ ਸਰਕਾਰ ਨੇ ਉਹਦੀ ਬਾਬਤ ਕੀ ਕੀਤਾ? ਨਹੀਂ, ਪੰਜਾਬ ਸਰਕਾਰ ਤਾਂ ਲਿਖ ਸਕਦੀ ਹੈ, ਪੰਜਾਬ ਸਰਕਾਰ ਨੇ ਹਮੇਸ਼ਾ ਲਿਖ ਕੇ ਦਿੱਤਾ। ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਲਿਖਣਾ ਆਪਣੇ ਡਿਪਾਰਟਮੈਂਟ ਥਰੂ ਜਾਂ ਚੀਫ ਸੈਕਟਰੀ ਥਰੂ, ਅਤੇ ਉਹ ਜੋ ਵੀ ਹੈ ਉਹ ਹੋ ਕੇ ਆਏਗਾ ਤਾਂ ਹੀ ਹੋਏਗਾ ਨਾ। ਸੋ ਡਿਲੇ ਨਹੀਂ, 10 ਸਾਲ ਹੈ, 10 ਸਾਲ ਦੇ ਵਿੱਚ ਆਪਾਂ, ਮੈਂ ਸਿਰਫ 5 ਸਾਲ ਨਹੀਂ ਗਿਣਦਾ, ਮੈਂ 10 ਸਾਲ ਦੇ ਵਿੱਚ 2 MP ਵੀ ਰਹੇ, 2 ਮੰਤਰੀ ਰਹੇ, ਔਰ 10 ਸਾਲ ਦੇ ਵਿੱਚ ਹੁਸ਼ਿਆਰਪੁਰ ਇਹੀ ਦੇਖਦਾ ਰਿਹਾ, ਮੈਡੀਕਲ ਕਾਲਜ ਆ ਗਿਆ, ਚਲਾ ਗਿਆ, ਆ ਗਿਆ, ਚਲਾ ਗਿਆ। ਸੋ ਕਿਤੇ ਨਾ ਕਿਤੇ ਜਿਹੜੀ ਮੈਂ ਸਮਝਦਾ ਨਾਕਾਮੀ ਜਿਹੜੀ ਕੇਂਦਰ ਸਰਕਾਰ ਦੀ ਬਹੁਤ ਵੱਡੀ ਰਹੀ। ਜਾਮਨੀ ਗਵਰਨਮੈਂਟ ਨੂੰ ਕਿਵੇਂ ਦੇਖਦੇ ਹੋ? ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ 2019 ਦੇ ਵਿੱਚ ਲੋਕ ਸਭਾ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿੱਚੋਂ ਲੜੇ, ਉਹਨਾਂ ਨੇ ਆਮ ਆਦਮੀ ਪਾਰਟੀ ਛੱਡੀ, ਕਾਂਗਰਸ ਚਲੇ ਗਏ, ਤੁਸੀਂ ਕਾਂਗਰਸ ਛੱਡੇ ਆਮ ਆਦਮੀ ਪਾਰਟੀ 'ਚ ਆ ਗਏ, ਔਰ ਨਾਲ ਹੀ ਮੇਰਾ ਸਵਾਲ ਇੱਕ ਇਹ ਵੀ ਰਿਲੇਟ ਕਰਦਾ ਕਿ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਵਾਸਤੇ ਇਹ ਵਕਾਰੀ ਸੀਟ ਹੈ, ਡਾਕਟਰ ਚੱਬੇਵਾਲ ਵਾਸਤੇ ਇਹ ਸੀਟ ਜਿੱਤਣੀ ਬਹੁਤ ਜ਼ਿਆਦਾ ਲਾਜ਼ਮੀ ਹੈ? ਜੇਕਰ ਇਹ ਸੀਟ ਲੂਜ਼ ਹੁੰਦੀ ਹੈ ਤਾਂ ਡਾਕਟਰ ਚੱਬੇਵਾਲ ਦਾ ਜਿਹੜਾ ਸਿਆਸੀ ਕੈਰੀਅਰ ਹੈ ਉਹਨੂੰ ਇੱਕ ਵੱਡਾ ਖਤਰਾ ਪੈਦਾ ਹੋ ਸਕਦਾ। ਦੇਖੋ ਗੱਲ ਹੈ ਵੀ ਜੇ ਯਾਮਿਨੀ ਜੀ ਨਾ ਹੁੰਦੇ ਤਾਂ ਫਿਰ ਕੋਈ ਹੋਰ ਹੁੰਦਾ, ਕੋਈ ਨਾ ਕੋਈ ਉਮੀਦਵਾਰ ਤਾਂ ਆਉਣਾ ਹੀ ਹੈ। ਜਦੋਂ ਤੁਹਾਡੀ ਲੜਾਈ ਹੈ, ਲੜਾਈ ਦੇ ਵਿੱਚ ਜਿਹੜੇ ਤੁਹਾਡੇ ਜੰਗ ਦੇ ਵਿੱਚ ਯੋਧੇ ਤਾਂ ਹੋਣੇ ਹੀ ਆ, ਲੜਾਈ ਤਾਂ ਹੋਣੀ ਆ। ਸੋ ਮੈਂ ਉਹ ਇਹ ਨਹੀਂ ਸਮਝਦਾ ਕੌਣ ਆਇਆ ਜਾਂ ਕੌਣ ਗਿਆ, ਮੈਂ ਤਾਂ ਇਹ ਸਮਝਦਾ ਕਿ ਲੜਾਈ ਆ, ਇਸ ਲੜਾਈ ਨੂੰ ਸੀਰੀਅਸਲੀ ਆਪਾਂ ਲੜਾਈ ਦੀ ਤਰ੍ਹਾਂ ਲੜ ਰਹੇ ਹਾਂ। ਔਰ ਜਿੱਥੇ ਤੱਕ ਵਕਾਰ ਦੀ ਗੱਲ ਹੈ, ਦੇਖੋ ਜਦੋਂ ਵੀ ਅਸੀਂ ਲੜਦੇ ਹਾਂ ਤੇ ਅਸੀਂ ਸਾਡੀਆਂ ਆਲ ਆਊਟ ਐਫਰਟਸ ਹੁੰਦੀਆਂ, ਮੇਰੀਆਂ ਪਰਸਨਲ ਐਫਰਟਸ ਨੇ, ਸਾਡੇ ਸਰਕਾਰ ਦੇ ਆਪਣੀਆਂ ਐਫਰਟਸ ਨੇ, ਉਹਨਾਂ ਦੇ ਕੰਮਾਂ ਦਾ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹਾਂ, ਸਰਕਾਰ ਦੇ ਸਾਡੇ CM ਸਾਹਿਬ ਇਮਾਨਦਾਰ ਨੇ। ਸੋ ਇਹ ਜਿਹੜਾ ਜਿਹੜੀਆਂ ਜਿੱਤਾਂ ਨੇ ਇਹ ਹਮੇਸ਼ਾ ਇੱਕ ਵਕਾਰ ਦੀ ਗੱਲ ਹੁੰਦੀ ਹੈ। ਤਾਂ ਬਿਲਕੁਲ ਅਸੀਂ ਇਹ ਜਿਹੜੀ ਲੜਾਈ ਹੈ ਬੜੀ ਗਹਿ ਗਹਿ ਚ ਲੜਾਈ ਲੜ ਰਹੇ ਹਾਂ। ਪੋਲੀਟੀਕਲ ਕੈਰੀਅਰ ਨੂੰ ਦਾਅ ਤੇ ਲਾ ਦੇਣਾ, ਇਹ ਵੀ ਤਾਂ ਇਹ ਇੱਕ ਚ ਸਰਕਮਸਟਾਂਸਸ ਚੇਂਜ ਕਰਦੀਆਂ ਨੇ ਨਾ ਚੀਜ਼ਾਂ। ਤੁਸੀਂ ਆਪਣਾ ਚੁਣਿਆ ਹੋਇਆ, ਤੁਹਾਨੂੰ ਚੁਣ ਕੇ ਭੇਜਿਆ ਚੱਬੇਵਾਲ ਦੇ ਲੋਕਾਂ ਨੇ, ਤੁਸੀਂ ਉਹ ਤੋਂ ਰਿਜ਼ਾਈਨ ਕਰਕੇ ਆਮ ਆਦਮੀ ਪਾਰਟੀ ਦੇ ਵਿੱਚ। ਦੇਖੋ ਮੈਂ ਤਾਂ ਸਵਿਧਾਨਕ ਅਹੁਦਾ ਛੱਡ ਕੇ, ਮੈਂ ਤਾਂ ਆਪਣੇ ਹਲਕੇ ਦੀ ਬਿਹਤਰੀ ਲਈ ਆਇਆ, ਮੈਂ ਤਾਂ ਹਲਕੇ ਦੀ ਬਿਹਤਰੀ ਲਈ ਕੰਮ ਕੀਤੇ ਵੀ ਆ, ਕਰਦਾ ਵੀ ਰਹਾਂਗਾ। ਔਰ ਜਦੋਂ ਆਏ ਹਾਂ ਤੇ ਫਿਰ ਇਹ ਆ ਭਈ ਜੇ ਤੁਸੀਂ ਕਹਿੰਦੇ ਹੋ ਛੱਡ ਕੇ ਆਏ ਆ ਜਾਂ ਕੁਛ, ਜਦੋਂ ਤੁਸੀਂ ਕੋਈ ਵੱਡੀ ਪ੍ਰਾਪਤੀ ਕਰਨੀ ਆ, ਜੋ ਤੁਸੀਂ ਲੋਕਾਂ ਦਾ ਚੱਬੇਵਾਲ ਤੋਂ ਹਟ ਕੇ ਹੁਸ਼ਿਆਰਪੁਰ ਦੇ ਸਾਰੇ ਲੋਕ ਸਭਾ ਹਲਕੇ ਦਾ ਕੰਮ ਕਰਨਾ ਤੇ ਤੁਹਾਨੂੰ ਰਿਸਕ ਤਾਂ ਲੈਣੇ ਪੈਣਗੇ। ਸੋ ਜ਼ਿੰਦਗੀ ਦੇ ਵਿੱਚ ਇੱਕ ਰੂਲ ਹੈ, ਇੱਕ ਅਸੂਲ ਹੈ, ਜਿੱਡਾ ਵੱਡਾ ਰਿਸਕ ਉੱਡੀਆਂ ਵੱਡੀਆਂ ਪ੍ਰਾਪਤੀਆਂ। ਬਾਕੀ ਜਿੱਤਾਂ ਹਾਰਾਂ ਤੇ ਉਸ ਸੱਚੇ ਪਾਤਸ਼ਾਹ ਨੇ ਲਿਖੀਆਂ, ਉਸ ਮਾਲਕ ਨੇ ਲਿਖੀਆਂ, ਆਪਾਂ ਆਪਣਾ ਯੋਗਦਾਨ ਦੇਣਾ, ਆਪਣੇ ਪ੍ਰਯਾਸ ਕਰਨੇ ਆ, ਬੈਸਟ ਐਫਰਟਸ ਕਰਨੇ ਆ, ਤੇ ਬਾਕੀ ਜੋ ਮਾਲਕ ਕਿਰਪਾ ਕਰੇਗਾ, ਵਾਹਿਗੁਰੂ ਕਿਰਪਾ ਕਰੇਗਾ, ਮਨਜ਼ੂਰ। ਇੱਕ ਤੁਹਾਡੇ ਆਪਣੇ ਮੈਂ ਤਜਰਬੇ ਦੇ ਵਿੱਚੋਂ ਜਾਣਨਾ ਚਾਹੁੰਦਾ, ਖਾਸ ਤੌਰ 'ਤੇ
ਕਿ ਬਹੁਤ ਸਾਰੇ ਤੁਹਾਡੇ ਵੱਡੇ ਲੀਡਰ ਕਾਂਗਰਸ ਦੇ ਜਿਹੜੇ ਮੈਂ ਗੱਲ ਕਰ ਰਿਹਾ, ਤੁਸੀਂ ਇੱਕ ਵੱਡਾ ਨਾਮ ਸੀਗੇ ਔਰ ਰਵਨੀਤ ਬਿੱਟੂ ਵੱਡਾ ਨਾਮ ਹੈ, ਗੁਰਪ੍ਰੀਤ ਸਿੰਘ ਜੀ ਪੀ ਛੱਡ ਕੇ ਚਲੇ ਜਾਂਦੇ ਆ, ਇਹ ਤੁਹਾਨੂੰ ਕਿਉਂਕਿ ਲੋਕ ਇਹ ਮੰਨਦੇ ਆ ਕਿ ਨਿੱਜ ਦੇਖਿਆ ਜਾਂਦਾ ਲੀਡਰਾਂ ਦੇ ਵੱਲੋਂ ਕਿ ਮੇਰਾ ਭਲਾ ਕਿੱਥੇ ਹੋ ਰਿਹਾ, ਲੋਕਾਂ ਦਾ ਭਲਾ ਆਪਾਂ ਬਾਅਦ 'ਚੋਂ ਸੋਚਦੇ ਹਾਂ, ਮੇਰਾ ਭਲਾ ਕਿੱਥੇ ਹੋ ਰਿਹਾ। ਇਸ ਸਭ ਦੇ ਵਿਚਾਲੇ ਤੁਸੀਂ ਕੀ ਮੰਨਦੇ ਹੋ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਦੀ ਪ੍ਰਧਾਨਗੀ ਦੇ ਵਿੱਚ ਕੋਈ ਫਾਲਟ ਆ ਗਿਆ, ਜਾਂ ਓਵਰਆਲ ਕਾਂਗਰਸ ਜਾਂ ਫਿਰ ਹਾਈ ਕਮਾਂਡ ਦੇ ਵੱਲੋਂ ਤੁਹਾਨੂੰ ਉਹ ਬਣਦਾ ਮਾਨ ਸਨਮਾਨ ਨਹੀਂ ਮਿਲ ਰਿਹਾ ਸੀ, ਇਹ ਐਗਜ਼ੈਕਟਲੀ ਚੀਜ਼ ਕੀ ਹੈ? ਵੱਡੇ ਵੱਡੇ ਲੀਡਰਾਂ ਦਾ ਛੱਡ ਕੇ ਜਾਣਾ ਉਹ ਵੀ ਉਸ ਮੌਕੇ ਤੇ ਜਦੋਂ ਵੱਡੀ ਲੋੜ ਹੈ ਕਾਂਗਰਸ, ਜਦੋਂ ਵੀ ਅਜਿਹੇ ਵਾਕਿਆਤ ਹੁੰਦੇ ਨੇ ਉਸ ਦੇ ਪਿੱਛੇ ਕੁਛ ਨਾ ਕੁਛ ਤੇ ਜ਼ਰੂਰ ਕੋਈ ਕਾਰਨ ਤਾਂ ਰਹਿੰਦੇ ਆ, ਕਾਰਨ ਤੇ ਬਹੁਤ ਸਾਰੇ ਰਹਿੰਦੇ ਆ। ਉਹਨਾਂ ਕਾਰਨਾਂ ਦੇ ਵਿੱਚੋਂ ਮੈਂ ਸਮਝਦਾ ਕਿ ਇਨਡਿਸਿਪਲਿਨ ਦਾ ਹੋਣਾ ਸਭ ਤੋਂ ਵੱਡੀ ਗੱਲ ਆ, ਧੜੇਬਾਜ਼ੀ ਗਰੋਬਾਜ਼ੀ, ਔਰ ਜਿੰਨਾ ਤੁਸੀਂ ਕੰਮ ਕਰਦੇ ਆ ਤੁਹਾਡੀ ਲੀਡਰਸ਼ਿਪ ਦੇ ਹਿਸਾਬ ਨਾਲ ਤੁਹਾਨੂੰ ਮਤਲਬ ਓਨੀ ਪੁੱਛ ਗਿੱਛ ਨਾ ਹੋਣਾ, ਤੁਹਾਡੀ ਮਿਹਨਤ ਦੇ ਬਾਵਜੂਦ ਬਹੁਤ ਸਾਰੇ ਸਪੇਸ ਖੋਈ ਜਾਂਦੀ ਹੈ ਜਾਂ ਸਪੇਸ ਦਿੱਤੀ ਨਹੀਂ ਜਾਂਦੀ, ਫੈਕਟਰਸ ਇਸ ਤਰ੍ਹਾਂ ਦੇ ਬਹੁਤ ਸਾਰੇ ਫੈਕਟਰਸ ਨੇ, ਕਿਉਂਕਿ ਇਹ ਉਹਨਾਂ ਦਾ ਕਸੂਰ ਨਹੀਂ ਆ, ਬੇਸਿਕਲੀ ਦਿਸ ਇਜ਼ ਲੀਡਰਸ਼ਿਪ ਕ੍ਰਾਈਸਿਸ, ਉਹ ਸਪੇਸ ਕਿਉਂਕਿ ਸਾਰਾ ਆਪ ਲੈਣਾ ਚਾਹੁੰਦੇ ਆ। ਸੋ ਇਸ ਕਰਕੇ ਉਹ ਜਦੋਂ ਅਸੀਂ ਇਸ ਤਰ੍ਹਾਂ ਦਾ ਸਟਰਗਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਜਿਹੜੇ ਆ ਸਾਥੀਆਂ ਦੇ ਜਿਹੜੇ ਰਾਈਟਸ ਨੇ, ਜਿਹੜੇ ਉਹਨਾਂ ਦੇ ਹੱਕ ਨੇ, ਉਹਨਾਂ 'ਚ ਅਣਦੇਖੀਆਂ ਹੁੰਦੀਆਂ, ਜਦੋਂ ਅਣਦੇਖੀਆਂ ਹੁੰਦੀਆਂ ਤਾਂ ਇਸ ਤਰ੍ਹਾਂ ਦੇ ਵਾਕਿਆਤ ਜਿਹੜੇ ਉਹ ਹੁੰਦੇ ਨੇ। ਇੱਕ ਬੜੀ ਖਾਸ ਗੱਲ ਨਜ਼ਰ ਆਈ ਹੈ ਕਿ ਠੀਕ ਹੈ ਕੇਂਦਰ ਦੇ ਵਿੱਚ ਇੰਡੀਆ ਗੱਠਜੋੜ ਹੈ, ਤੁਹਾਡੀ ਜੇਕਰ ਇੱਥੋਂ ਸੀਟ ਤੁਸੀਂ ਜਿੱਤਦੇ ਹੋ ਤਾਂ ਜਾਣੀ ਤਾਂ ਇੰਡੀਆ ਦੇ ਖਾਤੇ 'ਚ ਹੀ ਆ, ਉਸੇ ਲਾਈਨਸ ਦੇ ਖਾਤੇ 'ਚ ਹੀ ਜਾਣੀ ਹੈ। ਜੇ ਸਾਂਝਾ ਲਾਈਨ ਸੀਗਾ ਤਾਂ ਉੱਥੋਂ ਫਿਰ ਜਿਹੜਾ ਚੋਣ ਮੈਨੀਫੈਸਟੋ ਸੀ ਉਹ ਲੋਕਾਂ ਤੱਕ ਸਾਂਝਾ ਹੀ ਜਾਣਾ ਚਾਹੀਦਾ ਸੀ, ਇਹ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੰਨਦੇ ਆ। ਉਹ ਕਹਿੰਦੇ ਨੇ ਕਿ 15-20 ਸੀਟਾਂ 'ਤੇ ਲੜਨ ਵਾਲੀ ਪਾਰਟੀ ਪ੍ਰਧਾਨ ਮੰਤਰੀ ਕਿਵੇਂ ਬਣ ਸਕਦੇ ਆ, ਪਰ ਤੁਹਾਡੇ ਵੱਲੋਂ ਚੋਣ ਮਨੋਰਥ ਹੈ, ਮਨੋਰਥ ਪੱਤਰ ਹੈ ਜਿਹੜਾ ਲੋਕਾਂ ਕੋਲ ਵੱਖਰਾ ਦਿੱਤਾ ਗਿਆ ਕਿ ਦੇਸ਼ ਦੇ ਵਿੱਚ ਮੁਫਤ ਬਿਜਲੀ ਦੇਵਾਂਗੇ, ਦੇਸ਼ ਦੇ ਵਿੱਚ ਆਹ ਚੀਜ਼ਾਂ ਹੋਣਗੀਆਂ, ਤੁਹਾਡੀ ਪਾਰਟੀ ਨੇ ਅਜਿਹਾ ਕਿਉਂ ਕੀਤਾ? ਔਰ ਰਾਜਾ ਵੜਿੰਗ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਇਸੇ ਕਰਕੇ ਹੀ ਪਿੱਛੇ ਜਾ ਰਹੀ ਹੈ ਕਿ ਉਹ ਬਹੁਤ ਜ਼ਿਆਦਾ ਕਾਹਲੀ ਕਰ ਜਾਂਦੇ ਆ। ਹਾਂ ਦੇਖੋ, ਇਹ ਸਾਰੀ ਗੱਲ ਤੁਸੀਂ ਜਿਹੜੀ ਕੀਤੀ ਆ, ਇਹ ਫੈਸਲੇ ਕੋਈ ਸੂਬਾ ਪੱਧਰ ਹੀ ਨਹੀਂ ਹੁੰਦੇ, ਇਹ ਜਿਹੜੇ ਫੈਸਲੇ ਆ ਉਹ ਇਹ ਜਿਹੜੇ ਆ ਹਾਈ ਕਮਾਂਡ ਦੇ ਲੈਵਲ 'ਤੇ ਹੁੰਦੇ ਆ। ਸੋ ਜਦੋਂ ਹਾਈ ਕਮਾਂਡ ਦੇ ਲੈਵਲ 'ਤੇ ਇਹ ਡਿਸਾਈਡ ਹੋਇਆ ਕਿ ਜਿੱਥੇ ਬੀਜੇਪੀ ਇੱਕ ਡਿਫਰੈਂਸ ਤਾਂ ਤੈਅ ਹੋਣਾ ਚਾਹੀਦਾ ਸੀ ਨਾ ਲੋਕਾਂ ਨੂੰ, ਜਿੱਥੇ ਬੀਜੇਪੀ ਕਮਜ਼ੋਰ ਆ, ਜਿੱਥੇ ਬਹੁਤ ਕਮਜ਼ੋਰ ਆ ਪੰਜਾਬ 'ਚ ਤਾਂ ਬੀਜੇਪੀ ਕਮਜ਼ੋਰ ਆ, ਉੱਥੇ ਲੜਾਈ ਅਲੱਗ ਅਲੱਗ ਲੜਾਂਗੇ, ਅਲੱਗ ਅਲੱਗ ਮੈਨੀਫੈਸਟੋ ਹੋਏਗਾ ਸਾਡਾ ਸੈਪਰੇਟ, ਜਿਹੜੀ ਇੱਕ ਦੂਜੇ ਨਾਲ ਲੜਾਈ ਹੋਏਗੀ ਲੜਾਂਗੇ। ਜਿੱਥੇ ਬੀਜੇਪੀ ਮਜ਼ਬੂਤ ਹੈ ਉੱਥੇ ਅਸੀਂ ਲੜਾਈ ਇਕੱਠੇ ਹੋ ਕੇ ਲੜਾਂਗੇ, ਜਿੱਦਾਂ ਦਿੱਲੀ 'ਚ ਲੜੀ ਗਈ, ਹੋਰ ਗੁਜਰਾਤ 'ਚ ਲੜੀ ਗਈ, ਹਰਿਆਣੇ 'ਚ ਲੜੀ ਗਈ। ਸੋ ਇਸ ਤਰ੍ਹਾਂ ਜਿਹੜੀ ਉਹ ਪਾਰਟੀ ਦੀ ਸਟ੍ਰੈਟਜੀ ਦਾ ਹਿੱਸਾ ਹੈ। ਸੋ ਮੈਂ ਇੱਥੇ ਮੈਂ ਸਮਝਦਾ ਕਿ ਕਮੈਂਟ ਕਰਨਾ ਕੋਈ ਬਹੁਤ ਹੀ ਮੈਂ ਸਮਝਦਾ ਕਿ ਬਹੁਤਾ ਵਾਈਜ਼ ਨਹੀਂ ਹੋਏਗਾ। ਸੋ ਜੋ ਹਾਈਕਮਾਂਡ ਨੇ ਤੈਅ ਕੀਤਾ ਉਸਦੇ ਹਿਸਾਬ ਨਾਲ ਇਹ ਚੱਲ ਰਿਹਾ। ਹੁਸ਼ਿਆਰਪੁਰ ਦੇ ਲਈ ਤੁਸੀਂ ਕਿਹਾ ਕਿ ਇੰਡਸਟਰੀ ਆਉਣੀ ਚਾਹੀਦੀ ਸੀ ਪਰ ਆਈ ਨਹੀਂ, ਪਾਵਰ ਹੋਣ ਦੇ ਬਾਵਜੂਦ ਵੀ ਸੋਮ ਪ੍ਰਕਾਸ਼ ਹੋਰਾਂ ਦੇ ਕੋਲ। ਇੱਥੇ ਹੁਸ਼ਿਆਰਪੁਰ ਜਿਹੜਾ ਹੈ ਉਹ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦਾ ਹੋਇਆ ਜਿਹੜਾ ਕਸਬਾ ਹੈ, ਸੂਬਾ ਹੈਗਾ, ਤੁਹਾਡਾ ਹਲਕਾ ਹੈਗਾ, ਔਰ ਇੱਥੇ ਲੋਕ ਘੁੰਮਣ ਵੀ ਆਉਂਦੇ ਨੇ, ਪਰ ਇਸ ਇਹਨਾਂ ਥਾਵਾਂ ਨੂੰ ਮਤਲਬ ਵੱਡੇ ਪੱਧਰ 'ਤੇ ਇੱਕ ਜਿਹੜਾ ਇੱਕ ਹੱਬ ਬਣਾਉਣ ਦੀ ਬਜਾਏ ਕੰਮ ਕੀ ਹੋਏ ਨੇ? ਕੀ ਤੁਸੀਂ ਇਸ ਨੂੰ ਟੂਰਿਜ਼ਮ ਹੱਬ ਬਣਾਉਣ ਦੇ ਵਾਸਤੇ ਕੁਝ ਕਰੋਗੇ ਜਾਂ ਲੋਕਾਂ ਦੇ ਵਾਸਤੇ ਇੰਡਸਟਰੀ ਨੂੰ ਲੈ ਕੇ ਤੁਹਾਡੇ ਕੋਲ ਪਲਾਨ ਕੀ? ਮੇਰੇ ਜਿਹੜੇ ਸੁਪਨੇ ਨੇ ਹੁਸ਼ਿਆਰਪੁਰ ਨੂੰ ਲੈ ਕੇ, ਜੋ ਮੈਂ ਸੋਚਿਆ, ਜੋ ਮੇਰਾ ਵਿਜ਼ਨ ਹੈ, ਉਹ ਹੈ ਕਿ ਆਪਾਂ ਦੇਖੋ ਹੁਸ਼ਿਆਰਪੁਰ ਦੇ ਵਿੱਚ, ਕਿਉਂਕਿ ਸਰਕਾਰ ਜਿਹੜੀ ਉਹ ਸਿਹਤ ਸੇਵਾਵਾਂ 'ਤੇ ਕੰਮ ਕਰ ਰਹੀ ਹੈ,
ਸੋ ਸਿਹਤ ਸੇਵਾਵਾਂ ਨੂੰ ਉੱਚ ਪੱਧਰੀ ਲੈਵਲ 'ਤੇ ਲੈ ਕੇ ਜਾਣਾ ਉਹ ਮੇਰਾ ਮਿਸ਼ਨ ਹੋਏਗਾ। ਖਾਸ ਤੌਰ 'ਤੇ ਮੈਡੀਕਲ ਕਾਲਜ ਐਂਡ ਹੋਸਪਿਟਲ ਐਂਡ ਕੈਂਸਰ ਹੋਸਪਿਟਲ, ਸੁਪਰ ਸਪੈਸ਼ਲਿਟੀ ਹੋਸਪਿਟਲ ਬਣਾਉਣਾ ਤਾਂ ਕਿ ਸਾਡੇ ਹੁਸ਼ਿਆਰਪੁਰ ਦੇ ਲੋਕਾਂ ਨੂੰ DMC PGI ਵਗੈਰਾ ਨਾ ਜਾਣਾ ਪਵੇ, ਤਾਂ ਕਿ ਲੋਕਲ ਉਹਨਾਂ ਦਾ ਇਲਾਜ ਹੋ ਸਕੇ, ਉਹਨਾਂ ਦੀ ਜੇਬ 'ਤੇ ਖਰਚਾ ਜਿਹੜਾ ਬੋਝ ਹੈ ਉਹ ਘੱਟ ਸਕੇ। ਔਰ ਦੂਸਰਾ, ਕਿਉਂਕਿ ਸਾਡੇ ਐਜੂਕੇਸ਼ਨ ਹੱਬ ਹੈ, ਪੜ੍ਹਾਈ ਜਿਹੜੀ ਹੈ ਬਹੁਤ ਜ਼ਿਆਦਾ ਹੈ, ਲਿਟਰੇਸੀ ਰੇਟ ਹਾਈ ਹੈ। ਸੋ ਮੇਰਾ ਇਹ ਵੀ ਸੋਚ ਹੈ ਕਿ ਇੱਥੇ ਜਿਹੜੀ ਯੂਨੀਵਰਸਿਟੀਜ਼ ਹੈ, ਜਿਸ ਤਰ੍ਹਾਂ ਪੰਜਾਬ ਯੂਨੀਵਰਸਿਟੀ ਹੈ, ਰੀਜਨਲ ਕੈਂਪਸ ਪੰਜਾਬ ਯੂਨੀਵਰਸਿਟੀ, ਉਹਨੂੰ ਮਤਲਬ ਇੱਕ ਉੱਚ ਪੱਧਰ 'ਤੇ ਲੈ ਕੇ ਜਾਣਾ, ਉਸ 'ਤੇ ਜ਼ਿਆਦਾ ਕੋਰਸਿਸ ਲੈ ਕੇ ਆਉਣਾ ਤਾਂ ਕਿ ਸਾਡੇ ਬੱਚਿਆਂ ਨੂੰ ਇੱਥੇ ਜ਼ਿਆਦਾ ਤੋਂ ਜ਼ਿਆਦਾ ਐਕਸਪੋਜ਼ਰ ਕੋਰਸਿਸ ਮਿਲ ਸਕਣ, ਬਾਹਰ ਨਾ ਜਾਣਾ ਪਵੇ। ਔਰ ਐਟ ਦਾ ਸੇਮ ਟਾਈਮ ਟੈਕਨੀਕਲ ਐਜੂਕੇਸ਼ਨ, ਇੰਡਸਟਰੀ ਓਰੀਐਂਟਡ ਟੈਕਨੀਕਲ ਐਜੂਕੇਸ਼ਨ, ਇੰਡਸਟਰੀ ਫਰੈਂਡਲੀ ਟੈਕਨੀਕਲ ਐਜੂਕੇਸ਼ਨ ਯੂਕੇਸੀ, ਉਹ ਪ੍ਰੋਵਾਈਡ ਕਰਨਾ ਤਾਂ ਕਿ ਸਾਡੇ ਬੱਚੇ ਜਿਹੜੇ ਪੜ੍ਹ ਲਿਖ ਕੇ ਇੱਥੇ ਇੰਡਸਟਰੀ ਦੇ ਵਿੱਚ ਐਡਜਸਟ ਹੋ ਸਕਣ, ਕਿਉਂਕਿ ਇਹ ਅੱਜ ਬਹੁਤ ਜ਼ਰੂਰੀ ਹੈ। ਸੋ ਇਨ ਅਦਰ ਵਰਡ ਟੈਕਨੀਕਲ ਐਜੂਕੇਸ਼ਨ। ਸੋ ਤੀਸਰੀ ਗੱਲ ਜੋ ਮੈਂ ਚਾਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਇੰਡਸਟਰੀਅਲ ਪੈਕੇਜ, ਹਿਮਾਚਲ ਪ੍ਰਦੇਸ਼ ਦੀ ਤਰਜ਼ 'ਤੇ, ਹਿੱਲੀ ਏਰੀਆ ਜੀ, ਪਹਾੜੀ ਇਲਾਕਿਆਂ ਦੀ ਤਰਜ਼ 'ਤੇ ਲੈ ਕੇ ਆਉਣਾ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਇੰਡਸਟਰੀ ਇੱਥੇ ਆਵੇ, ਉਸਦੇ ਵਿੱਚ ਟੂਰਿਜ਼ਮ ਇੰਡਸਟਰੀ ਵੀ ਉਹਦੇ ਵਿੱਚ ਇਨਕਲੂਡਡ ਹੈ। ਸੋ ਜਿੰਨੀ ਇੰਡਸਟਰੀ ਹੋਏਗੀ ਦੇ ਨਾਲ ਦੋਵਾਂ ਚੀਜ਼ਾਂ ਦਾ ਹੱਲ ਹੁੰਦਾ, ਨਸ਼ੇ ਦਾ ਹੱਲ ਹੁੰਦਾ, ਪ੍ਰਵਾਸ ਦਾ। ਐਕਚੁਅਲੀ ਜੋ ਸਲਿਊਸ਼ਨ ਹੈ ਨਸ਼ੇ ਦਾ, ਹੋਰ ਜੋ ਵੀ ਛੋਟੇ ਛੋਟੇ ਇਸ਼ੂਜ਼ ਨੇ ਜਾਂ ਸਮਾਜਿਕ ਬੁਰਾਈਆਂ ਨੇ, ਉਹਦਾ ਹੱਲ ਹੈ ਨੌਕਰੀ ਅਤੇ ਬਾਕੀ ਪੜ੍ਹਾਈ 'ਤੇ ਓਬਵੀਅਸਲੀ ਬੈਟਰ ਕਰਨਾ ਸਾਡਾ ਮੋਟਿਵ ਹੈ ਹੀ ਹੈ, ਅਤੇ ਬਾਕੀ ਜਿਹੜੇ ਸਾਡੇ ਰੋਡ ਕੰਡੀਸ਼ਨਸ ਨੇ। ਲੋਕਾਂ ਨੂੰ ਇਹ ਗੱਲਾਂ ਸੁਣਨ ਦੇ ਵਿੱਚ ਬਹੁਤ ਚੰਗੀਆਂ ਲੱਗਦੀਆਂ ਹੋਣਗੀਆਂ ਜਿਹੜੀਆਂ ਤੁਸੀਂ ਕਹਿ ਰਹੇ ਹੋ ਕਿ ਇਹ ਵਾਕਈ, ਕਿਉਂਕਿ ਲੋਕ ਮੰਗ ਹੀ ਇਹ ਤਿੰਨ ਚੀਜ਼ਾਂ ਰਹੇ ਨੇ, ਸਿੱਖਿਆ ਮੰਗ ਰਹੇ ਆ, ਸਿਹਤ ਮੰਗ ਰਹੇ ਆ, ਇੰਪਲੋਇਮੈਂਟ ਮੰਗ ਰਹੇ ਆ, ਤਮਾਮ ਚੀਜ਼ਾਂ ਇਹ ਸੁਣਨ ਦੇ ਵਿੱਚ ਲੋਕਾਂ ਨੂੰ ਬਹੁਤ ਚੰਗੀਆਂ ਲੱਗਦੀਆਂ, ਪਰ ਲੋਕ ਮਗਰੋਂ ਕਹਿ ਦਿੰਦੇ ਆ ਕਿ ਨਹੀਂ ਜੀ ਇਹ ਤਾਂ ਗੱਲਾਂ ਕਹੀਆਂ ਜਾਂਦੀਆਂ ਨੇ ਪਰ ਹੁੰਦੀਆਂ ਨਹੀਂ ਲੋਕਾਂ ਤੱਕ ਉਹਦਾ ਰਿਵਾਰਡ, ਲੋਕਾਂ ਤੱਕ ਉਹਦਾ ਰਿਜ਼ਲਟ ਉਸ ਤਰੀਕੇ ਮਿਲਦਾ ਨਹੀਂ। ਲੋਕਾਂ ਦਾ ਇਹ ਕਹਿਣਾ, ਇਹਦੀ ਜ਼ਿੰਮੇਵਾਰੀ ਤਾਂ ਤੈਅ ਹੋਣੀ ਚਾਹੀਦੀ, ਲੋਕਾਂ ਦਾ ਇਹ ਕਹਿਣਾ ਬਿਲਕੁਲ ਸਹੀ ਹੈ। ਹਾਂ, ਕਿਉਂਕਿ ਲੋਕ ਜਿਹੜਾ ਆਲਰੇਡੀ ਪਹਿਲਾਂ ਇਸ ਚੀਜ਼ ਤੋਂ ਪੀੜਤ ਨੇ ਜੀ, ਲੀਡਰਸ ਨੇ ਬੜੇ ਬੜੇ ਹਵਾਈ ਕਿਲੇ ਦਿਖਾਏ ਆ, ਪਰ ਉਹ ਕਿਤੇ ਨਾ ਕਿਤੇ ਝੂਠੇ ਸਾਬਤ ਹੋਏ ਆ। ਤੇ ਮੈਂ ਜੇ ਆਪਣੇ ਟਰੈਕ ਦੀ ਗੱਲ ਕਰਾਂ, ਮੈਂ ਚੱਬੇਵਾਲ ਦੇ ਵਿੱਚ ਜੋ ਕਿਹਾ ਉਹ ਮੈਂ ਕੀਤਾ। ਮੈਂ ਜਿਵੇਂ ਸੋਚਾਂ ਤੇ ਮੈਂ ਕਹਿੰਦਾ ਵੀ 100 ਦੇ ਵਿੱਚੋਂ ਜੇ ਮੈਂ ਆਪਣੇ ਕੰਮ ਦੇਖਿਆ ਤਾਂ 95% ਕੰਮ ਮੈਂ ਕੀਤੇ ਆ, ਤੇ ਮੈਨੂੰ ਇਸ ਦੀ ਸੰਤੁਸ਼ਟੀ ਹੈ। ਔਰ ਮੈਂ ਨਹੀਂ ਕਹਿੰਦਾ, ਮੇਰੇ ਹਲਕੇ ਦੇ ਲੋਕ ਕਹਿੰਦੇ ਆ ਵੀ ਕੰਮ ਹੋਏ ਆ। ਸੋ ਮੈਂ ਉਸ ਸਾਰੇ ਤਜਰਬੇ ਨੂੰ ਲੈਂਦੇ ਹੋਏ ਵਾਹਿਗੁਰੂ ਨੇ ਕਿਰਪਾ ਕੀਤੀ, ਪਰਮਾਤਮਾ ਨੇ ਕਿਰਪਾ ਕੀਤੀ, ਤੇ ਜ਼ਰੂਰ ਇਹ ਕੰਮ ਮੈਂ ਜਿੰਨੇ ਵੀ ਕਹੇ ਆ, ਜੇ ਇਹ ਕੰਮ ਬਿਨਾਂ ਹੋਏ, ਇਹ ਕੰਮ ਤਾਂ ਬੇਸਿਕ ਨੇ, ਇਹ ਕੰਮ ਤਾਂ ਬਹੁਤ ਪਹਿਲਾਂ ਹੋ ਜਾਣੇ ਚਾਹੀਦੇ ਸੀ। ਸੋ ਇਹਨਾਂ ਕੰਮਾਂ ਨੂੰ ਸਿਰ ਨੇਪਰੇ ਚਾੜਾਂਗੇ ਤਾਂ ਕਿ ਦੁਬਾਰਾ ਜਿਹੜਾ ਜਦੋਂ ਵੀ ਦੁਬਾਰਾ ਹੁਣ ਕੰਟੈਸਟ ਕਰਨਾ ਹੈ ਤਾਂ ਫਿਰ ਇਹ ਆ ਵੀ ਲੋਕ ਕਹਿਣ ਵੀ ਹਾਂ ਵੀ ਕੰਮ ਹੋਇਆ, ਕਿਉਂਕਿ ਮੈਂ ਮੇਰੀ ਉਹ ਨਹੀਂ ਹੈ ਵੀ ਮੈਂ ਕੁਛ ਇੱਥੇ ਕੁਛ ਕਹਾਂ ਅਤੇ ਕਰਾਂ ਕੁਛ। ਇਹ ਮੇਰਾ ਤੁਸੀਂ ਮੇਰੇ ਸਿਸਟਮ ਦਾ ਐਨਾਲਾਈਜ਼ ਕਰ ਸਕਦੇ ਹਾਂ, ਪਿਛਲੇ 5 ਸਾਲ ਦੇਖ ਸਕਦੇ ਹਾਂ। ਸੋ ਮੇਰੀ ਤਾਂ ਕੋਸ਼ਿਸ਼, ਸੇਵਾ ਲਿਆ, ਸੇਵਾ ਕਰਾਂਗੇ, ਜੋ ਕਿਹਾ ਉਹ ਕਰਕੇ ਦਿਖਾਵਾਂਗੇ। ਮੁੱਖ ਮੰਤਰੀ ਸਾਹਿਬ ਇੱਕ ਪਾਸਵਰਡ ਦਿੰਦੇ ਹੁੰਦੇ ਆ, ਮਿਲ ਗਿਆ ਕਿ ਹਾਲੇ ਮਿਲਣਾ? ਅੱਛਾ, ਲੋਕ ਸਭਾ ਲਈ ਜੀ, ਬਿਲਕੁਲ ਲੋਕ ਸਭਾ ਲਈ ਕਿਰਪਾ ਹੋਵੇ, ਚੁਣੇ ਜਾਈਏ ਤਾਂ ਫਿਰ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਆਪਣੇ ਐਕਸ਼ਨਸ ਨੇ, ਜੋ ਕੰਮ ਕਰਨ ਦਾ ਤਰੀਕਾ, ਜੋ ਉਹਨਾਂ ਦੀ ਮਿਹਨਤ, ਜੋ ਬੋਲਣ ਦਾ ਤਰੀਕਾ, ਉਹ ਆਪਣੇ ਆਪ 'ਚ ਪਾਸਵਰਡ ਹੈ, ਉਹ ਆਪਣੇ ਆਪ 'ਚ ਬਹੁਤ ਵੱਡਾ ਪਾਸਵਰਡ ਹੈ। ਔਰ ਮੈਂ ਸਮਝਦਾ ਜਿਸ ਤਰ੍ਹਾਂ ਉਹਨਾਂ ਨੇ ਲੋਕ ਸਭਾ ਵਿੱਚ ਰਹਿ ਕੇ ਜੋ ਤਰੱਕੀਆਂ ਕੀਤੀਆਂ ਉਹ ਵਾਕਿਆ ਕਾਬਲੇ ਤਾਰੀਫ ਨੇ, ਉਹ ਅੱਜ ਵੱਡੀ ਪ੍ਰਾਪਤੀ ਹੈ। ਪੰਜਾਬ ਸਰਕਾਰ ਦਾ ਬੈਨੀਫਿਟ ਮਿਲੂਗਾ ਤੁਹਾਨੂੰ, ਕਿਉਂਕਿ 3 ਸਾਲ ਹਾਲੇ ਪੰਜਾਬ ਸਰਕਾਰ ਦੇ ਵੀ ਹੈ ਜੇ ਤੁਹਾਨੂੰ ਇੱਥੋਂ ਲੋਕ ਜਿਤਾ ਕੇ ਭੇਜ ਦਿੰਦੇ ਆ, ਕਿਉਂਕਿ ਤੁਸੀਂ ਤਾਂ ਆਪਣੇ ਹਲਕੇ ਵਾਸਤੇ ਕੰਮ ਕਰਨਾ, ਕੇਂਦਰ ਤੋਂ ਜੋ ਲੈ ਕੇ ਆਉਣਾ ਉਹ ਇੱਕ ਵੱਖਰੇ ਪ੍ਰੋਟੋਕੋਲ ਦੇ ਤਹਿਤ ਹੋਏਗਾ।
ਔਰ ਪੰਜਾਬ ਸਰਕਾਰ ਦਾ ਹਿੱਸਾ ਹੋਣ ਦੇ ਕਰਕੇ ਕੀ ਤੁਸੀਂ ਪੰਜਾਬ ਸਰਕਾਰ ਦਾ ਬੈਨੀਫਿਟ ਵੀ ਇੱਥੇ ਲੈ ਕੇ ਆਓਗੇ ਔਰ ਕਿਸ ਤਰ੍ਹਾਂ? ਕਿਉਂ ਨਹੀਂ ਕਿਉਂਕਿ ਜਦੋਂ ਪੰਜਾਬ 'ਚ ਵੀ ਸਾਡੀ ਸਰਕਾਰ ਹੋਏਗੀ ਔਰ ਉੱਪਰ ਵੀ ਇੰਡੀਆ ਦੀ ਸਰਕਾਰ ਹੋਏਗੀ ਤਾਂ ਫਿਰ ਨੈਚੁਰਲੀ ਫਿਰ ਉਹਦਾ ਬਹੁਤ ਵੱਡਾ ਫਾਇਦਾ ਹੈ, ਉਹਦਾ ਤਾਂ ਕੀ ਕਹਿੰਦੇ ਕਿ ਡਬਲ ਪਾਵਰ ਹੈ। ਸੋ ਵੈਨ ਦੇਰ ਇਜ਼ ਅ ਡਬਲ ਪਾਵਰ ਤਾਂ ਫਿਰ ਡੈਫੀਨੇਟਲੀ ਤੁਹਾਡੀ ਜਿਹੜੀ ਹੈ ਜਦੋਂ ਤੁਸੀਂ ਹਵਾ ਦੇ ਖਿਲਾਫ਼ ਚੱਲਦੇ ਤਾਂ ਔਖਾ ਹੁੰਦਾ, ਜਦੋਂ ਹਵਾ ਦੇ ਨਾਲ ਚੱਲਦੇ ਆ ਤਾਂ ਤੁਹਾਡੇ ਬਹੁਤ ਕੰਮ ਆਸਾਨ ਹੋ ਜਾਂਦਾ। ਅੱਛਾ, ਆਖਿਰ 'ਤੇ ਹੁਸ਼ਿਆਰਪੁਰ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ, ਲੋਕ ਬਾਕੀਆਂ ਨੂੰ ਛੱਡ ਕੇ ਤੁਹਾਨੂੰ ਚੁਣਨ ਕਿਉਂ? ਬਹੁਤ ਸਾਰੀਆਂ ਗੱਲਾਂ ਹੋ ਗਈਆਂ, ਤੁਸੀਂ ਕਹਿਤਾ ਕਿ ਅਸੀਂ ਇੱਦਾਂ ਇੱਦਾਂ ਤਰੀਕੇ ਨਾਲ ਲੈ ਕੇ ਆਵਾਂਗੇ, ਪਰ ਜੇ ਤੁਸੀਂ ਡਿਫਰੈਂਸ ਦੱਸਣਾ ਹੋਵੇ ਯਾਮਨੀ ਗੋਮਰ ਹੋਰਾਂ ਤੋਂ ਤੁਹਾਡਾ ਡਿਫਰੈਂਸ ਕੀ ਹੈ, ਸੋਮ ਪ੍ਰਕਾਸ਼ ਹੋਰਾਂ ਦੇ ਪਰਿਵਾਰ ਤੋਂ ਤੁਹਾਡਾ ਡਿਫਰੈਂਸ ਕੀ ਹੈ, ਡਾਕਟਰ ਚੱਬੇਵਾਲ ਨੂੰ ਲੋਕ ਇੱਥੋਂ ਚੁਣ ਕੇ ਕਿਉਂ ਭੇਜਣ? ਦੇਖੋ, ਮੈਂ ਤਾਂ ਇਹ ਡਿਫਰੈਂਸ ਤਾਂ ਮੈਂ ਨਹੀਂ ਦੱਸ ਸਕਦਾ, ਪਰ ਮੇਰੇ ਹਾਂ ਕੰਮ ਜ਼ਰੂਰ ਬੋਲਦੇ ਨੇ, ਜਿਹੜੇ ਕੰਮ ਹੈ ਉਹ ਇਹ ਡਿਫਰੈਂਸ ਨੂੰ ਐਕਸਪਲੇਨ ਕਰ ਸਕਦੇ ਆ, ਜਾਂ ਮੇਰੀ ਐਜੂਕੇਸ਼ਨ ਹੈ ਜਾਂ ਮੇਰਾ ਲੋਕਾਂ ਪ੍ਰਤੀ ਰਵੱਈਆ ਹੈ, ਇਹ ਉਹਨੂੰ ਲੋਕ ਬਿਹਤਰ ਦੱਸ ਸਕਦੇ ਆ। ਇਹ ਜਦੋਂ ਵੋਟਾਂ 'ਚ ਰਿਫਲੈਕਟ ਹੁੰਦਾ ਤਾਂ ਇਹ ਉਹੀ ਜਿਹੜਾ ਜਵਾਬ ਉਹ ਨੇ, ਪਰ ਇਹ ਮੈਨੂੰ ਯਕੀਨ ਹੈ ਪੂਰਾ ਕਿ ਜੋ ਮੈਂ ਕੰਮ ਕਹੇ ਆ ਲੋਕ ਉਹ 'ਤੇ ਵਿਸ਼ਵਾਸ ਕਰਦੇ ਆ, ਜੇ ਵਿਸ਼ਵਾਸ ਕਰਦੇ ਆ ਤਾਂ ਫਿਰ ਜ਼ਰੂਰ ਉਹ ਵੋਟ 'ਚ ਵੀ ਕਨਵਰਟ ਹੋਏਗਾ। ਸੋ ਮੈਨੂੰ ਪੂਰੀ ਉਮੀਦ ਹੈ ਕਿ ਸਭ ਕੁਛ, ਸੰਗਠਨ, ਪਾਰਟੀ, ਸਰਕਾਰ, ਆਪ, ਸੋ ਹਰ ਇੱਕ ਚੀਜ਼ ਦਾ ਜਿਹੜਾ ਸੁਮੇਲ ਹੈ ਇਹ ਬਿਲਕੁਲ ਅੱਛੇ ਰਿਜ਼ਲਟ ਦੇਗਾ ਔਰ ਬਹੁਤ ਬਹੁਤ ਵੱਡੀ ਕਾਮਯਾਬੀ ਵੱਲ ਲੈ ਕੇ ਜਾਏਗਾ। ਇੱਕ ਆਖਰੀ ਸਵਾਲ ਮੇਰੇ ਜਾਂਦੇ ਜਾਂਦੇ ਯਾਦ ਆ ਗਿਆ, ਇੱਕ ਤੁਹਾਡਾ ਗੜਦੀਵਾਲ ਵਾਲਾ ਪਾਸਾ ਏਰੀਆ ਹੈਗਾ ਔਰ ਉੱਥੇ ਕੁਝ ਪਿੰਡ ਹੈ, ਉਹਨਾਂ ਪਿੰਡਾਂ ਦੇ ਵਿੱਚ ਪਾਣੀ ਨੂੰ ਲੈ ਕੇ ਅਤੇ ਬਿਜਲੀ ਨੂੰ ਲੈ ਕੇ, ਨੈਟਵਰਕਿੰਗ ਨੂੰ ਲੈ ਕੇ ਇਹ ਦਿੱਕਤਾਂ ਹੈਗੀਆਂ, ਤੁਹਾਡੇ ਧਿਆਨ 'ਚ ਹੈ ਇਹ ਮਸਲਾ, ਇਹਨੂੰ ਹੱਲ ਕਰਨ ਦੇ? ਕੰਢੀ ਏਰੀਆ ਆ ਜਾਂਦਾ, ਇਹ ਜਿੰਨੀਆਂ ਕੰਢੀ ਏਰੀਆ ਦੀਆਂ ਸਮੱਸਿਆਵਾਂ ਨੇ ਇਹਨਾਂ ਨੂੰ ਬਿਲਕੁਲ ਆਪਾਂ ਹੱਲ ਕਰਾਂਗੇ, ਕਿਉਂਕਿ ਬਹੁਤ ਜ਼ਰੂਰੀ ਨੇ, ਬੱਚੇ ਛੋਟੇ ਪੜ੍ਹਦੇ ਵੀ ਨੇ, ਉੱਥੇ ਅੱਛੇ ਨੈਟਵਰਕ ਦਾ ਹੋਣਾ ਜ਼ਰੂਰੀ ਵੀ। ਸੋ ਈਵਨ ਜੰਗਲੀ ਜਾਨਵਰਾਂ ਤੋਂ ਪ੍ਰੋਬਲਮ ਆ, ਬਿਲਕੁਲ ਲੋਕਾਂ ਦੀਆਂ ਛੱਤਾਂ ਕੱਚੀਆਂ ਨੇ, ਬਾਲੇ ਵਾਲੀਆਂ ਛੱਤਾਂ ਨੇ, ਉਹ ਡਿੱਗਣ ਵਾਲੀਆਂ ਨੇ। ਸੋ ਛੱਤਾਂ ਵੀ ਪੱਕੀਆਂ ਕਰਨਾ ਜਿਹੜਾ ਮੇਰਾ ਸਭ ਤੋਂ ਵੱਡਾ ਮਿਸ਼ਨ ਰਹੇਗਾ ਕਿ ਹਰ ਘਰ ਦੀ ਛੱਤ ਜਿਹੜੀ ਹੈ ਉਹ ਪੱਕੀ ਹੋਈ, ਕੋਈ ਛੱਤ ਕੱਚੀ ਨਹੀਂ ਰਹਿਣ ਦਿੱਤੀ ਜਾਵੇ। ਬਹੁਤ ਧੰਨਵਾਦ ਚੰਬਲ ਸਾਹਿਬ, ਸ਼ੁਕਰੀਆ, ਥੈਂਕ ਯੂ ਸੋ ਮਚ। ਤਾਂ ਗੱਲ ਇਹ ਹੈ ਕਿ ਲੀਡਰਾਂ ਨੇ ਤੁਹਾਡੇ ਕੋਲ ਵੋਟ ਮੰਗਣ ਆਉਣਾ, ਲੀਡਰ ਆਪਣਾ ਧਰਮ ਨਿਭਾ ਰਹੇ ਨੇ, ਫਰਜ਼ ਨਿਭਾ ਰਹੇ ਨੇ, ਔਰ ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ ਕਿ ਉਹਨਾਂ ਦੀਆਂ ਕਹੀਆਂ ਹੋਈਆਂ ਗੱਲਾਂ ਇੱਕ ਡਾਕੂਮੈਂਟ, ਇੱਕ ਦਸਤਾਵੇਜ਼ ਬਣਾ ਕੇ ਤੁਹਾਡੇ ਤੱਕ ਪਹੁੰਚਾਈਆਂ ਜਾਣ ਕੇ ਜਦੋਂ ਜਿੱਤ ਕੇ ਆਪਣੇ ਆਪਣੀਆਂ ਉਹਨਾਂ ਸੀਟਾਂ 'ਤੇ ਬਿਰਾਜਮਾਨ ਹੋਣਗੇ ਤਾਂ ਇੱਕ ਜ਼ਿੰਮੇਵਾਰੀ ਜ਼ਰੂਰ ਤੈਅ ਹੋਵੇ। ਇਸ ਗੱਲਬਾਤ ਦੇ ਵਿੱਚੋਂ ਤੁਸੀਂ ਕੀ ਸੋਚਦੇ ਹੋ, ਆਪਣੀ ਰਾਏ ਕਮੈਂਟ ਬਾਕਸ ਦੇ ਜ਼ਰੀਏ ਫਿਲਹਾਲ ਜ਼ਰੂਰ ਸਾਨੂੰ ਭੇਜਿਓ। ਮੇਰੇ ਨਾਲ ਕੈਮਰੇ 'ਤੇ ਸਹਿਯੋਗ ਦਿੱਤਾ ਗੁਰਦੇਵ ਸਿੰਘ ਨੇ, ਫਿਲਹਾਲ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।